ਧੰਨਵਾਦ ਕਰਦਾ ਸਾਡੇ ਸ਼੍ਰੋਮਣੀ ਅਕਾਲੀ ਦਲ ਦੀ ਸਿਆਸੀ ਏਰੀਏ ਦੇ ਸਮੁੱਚੀ ਲੀਡਰਸ਼ਿਪ ਨੂੰ। ਹੁਣ ਮੈਂ ਸ਼੍ਰੋਮਣੀ ਅਕਾਲੀ ਦਲ ਵੇਲੇ ਸਾਨੂੰ ਜਿੰਮ ਪ੍ਰੋਵਾਈਡ ਕਰਾਈ ਗਈ ਪਿੰਡ ਦੇ ਵਿੱਚ, ਹੁਣ ਇੰਨਾ ਬੁਰਾ ਹਾਲ ਆ ਸਾਡੇ ਪਿੰਡ, ਨਸ਼ਾ ਇੰਨਾ ਜ਼ਿਆਦਾ ਕਰਮੋਲੇ ਵਿੱਚ, ਸਾਡੀ ਸਾਰੀ ਜਿੰਮ ਚੋਰੀ ਕਰਕੇ ਲੈ ਗਿਆ। ਅਸੀਂ ਬਕਾਇਦਾ MLA ਸਾਹਿਬ ਨੂੰ ਖਵਾਸ ਦੀ ਖਬਰਾਂ ਲਵਾਈਆਂ, ਬਕਾਇਦਾ ਥਾਣੇ ਦੇ ਵਿੱਚ ਵੀ ਦਰਖਾਸਤ ਦੇ ਗਏ, ਉਹਦੇ ਵਿੱਚ ਕੋਈ ਕਾਰਵਾਈ ਨਹੀਂ ਹੋਈ। ਸਾਡੇ ਪਿੰਡ ਦੇ ਸਾਰੇ ਵੱਧ ਰਹੇ ਹੈ, ਆਪਣਾ ਜੋਸ਼ ਵੱਧ ਰਹੇ ਹੈ। ਐਨ ਲੱਗਦਾ ਜਿਸ ਤਰੀਕੇ ਨਾਲ ਆਪਾਂ ਲੱਗੇ ਹਾਂ, ਮਤਲਬ 2 ਮਹੀਨੇ ਬਾਅਦ 13 ਦੀਆਂ 13 ਸੀਟਾਂ ਅਕਾਲੀ ਦਲ ਦੇ ਹੱਥ ਹੋਣਗੀਆਂ। ਸੋ ਸਾਰੇ ਵਰਕਰਾਂ ਦਾ, ਜਿੰਦੂ ਜੀ ਦਾ, ਲਪੇਟੇ ਦਾ, ਸਾਰੀ ਟੀਮ ਦਾ ਚਲੋ ਧੰਨਵਾਦ ਕਰਦਾ। ਤੇ ਚਲੋ ਆਪਾਂ ਤੇ ਦੇਖੋ ਯਾਤਰਾ, ਆਹ ਦੇਖੋ ਗਰੀਬ, ਆ ਗਰੀਬ ਜਨਤਾ ਦੇ ਬਿੱਲ ਆਏ ਪਏ ਆ, ਕਿਸੇ 50,000 ਦਾ, ਕਿਸੇ ਦਾ 60,000 ਦਾ। ਬੋਲੋ ਯਾਰ, ਆ ਜਿਹੜੇ ਝਾੜੂ ਵਾਲੇ ਆ, ਝੂਠ ਬੋਲ ਕੇ ਆਪਣੇ ਪੰਜਾਬ ਵਿੱਚ ਕਾਬਜ਼ ਹੋ ਗਏ ਆ ਤੇ ਇਹਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ। ਅਕਾਲੀ ਦਲ ਤੁਹਾਡੀ ਖੇਤਰੀ ਪਾਰਟੀ ਹੈ, ਤੁਹਾਡੀ ਆਪਣੀ ਪਾਰਟੀ ਹੈ, ਕੌਮ ਦੀ ਫੌਜ ਹੈ, ਪੰਜਾਬ ਦੀ ਫੌਜ ਹੈ। ਦਿੱਲੀ ਵਾਲੀਆਂ ਪਾਰਟੀਆਂ ਲੁੱਟਣ ਵਾਸਤੇ ਆਉਂਦੀਆਂ, ਆਪਣਾ ਇਹਨਾਂ ਲੁਟੇਰਿਆਂ ਨੂੰ ਭਜਾਈਏ ਤੇ ਵਾਪਸ ਪੰਜਾਬ ਵਿੱਚ ਤੁਹਾਡਾ ਆਪਣਾ ਪਿੰਡਾਂ ਦਾ ਰਾਜ ਲੈ ਕੇ ਆਈਏ।